ਕਿਸਾਨ ਦੋਸਤੋ, ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਦੇ ਨਾਲ 24 ਸਤੰਬਰ 2024 ਤੱਕ ਦੇ ਮੌਸਮ ਦੀ ਆਪਾਂ ਗੱਲ ਕਰਦੇ ਹਾਂ। ਮੈਂ ਹਾਂ ਕੁਲਦੀਪ ਸਿੰਘ ਸ਼ੇਰਗਿੱਲ ਮਿਰਖਾ, ਫਤਿਹ ਸਾਹਿਬ ਪਾਣੇ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ ਸਿਸਟਮ ਬੰਗਾਲ ਦੀ ਖਾੜੀ ਤੋਂ ਚੱਲਿਆ ਸੀਗਾ, ਇਹ ਇਸ ਸਮੇਂ ਇਸ ਜਗ੍ਹਾ ਦੇ ਉੱਪਰ ਹੈ ਅਤੇ ਇਸ ਸਮੇਂ ਇਹ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਕਾਫੀ ਜ਼ਿਆਦਾ ਵਰਖਾ ਕਰ ਰਿਹਾ ਹੈਗਾ। ਇਹ ਈਵਨ ਕਿ ਕਈ ਜਗ੍ਹਾ ਦੇ ਉੱਪਰ ਤਾਂ ਇਹਨੇ ਜਿਹੜਾ ਹੈਗਾ ਹੜ੍ਹਾਂ ਵਰਗੇ ਹਾਲਾਤ ਵੀ ਬਣਾ ਦਿੱਤੇ ਹੈ, ਪਾਣੀ ਖੇਤ ਕੇ ਬਹੁਤ ਜ਼ਿਆਦਾ ਭਰ ਗਿਆ। ਤਾਂ ਅਗਲੇ 24 ਘੰਟੇ ਬਾਅਦ ਪੱਛਮੀ ਉੱਤਰ ਪ੍ਰਦੇਸ਼ ਵਾਲਿਆਂ ਨੂੰ ਆਰਾਮ ਮਿਲੇਗਾ, ਲੇਕਿਨ ਇਹ ਵਰਖਾ ਜਿਵੇਂ ਤੁਸੀਂ ਇੱਥੋਂ ਵਿੰਡੀ ਦਾ ਮਾਡਲ ਦੇਖਦੇ ਹੋ ਤਾਂ ਇਹ ਜਿਹੜਾ ਸਿਸਟਮ ਹੈ ਹੁਣ ਅੱਗੇ ਨੂੰ ਵੱਧਦਾ ਪਿਆ ਹੈ। ਇਹ ਜਿਹੜਾ ਹੈਗਾ ਅੱਗੇ ਨੂੰ ਦਿੱਲੀ ਦੇ ਨੇੜੇ ਕਾਫੀ ਵਰਖਾ ਕਰੂਗਾ, ਫਿਰ ਹਰਿਆਣਾ ਦਾ ਕੁਛ ਏਰੀਏ ਦੇ ਵਿੱਚ ਭਾਰੀ ਵਰਖਾ ਕਰੂਗਾ, ਫਿਰ ਉਸ ਤੋਂ ਅਗਾਂਹ ਜਿਹੜਾ ਹੈਗਾ ਤਾਂ ਨੂੰ ਜਾਏਗਾ। ਭਾਵੇਂ ਕਿ ਪੰਜਾਬ ਤੱਕ ਆਉਂਦਾ ਕਮਜ਼ੋਰ ਹੁੰਦਾ ਪਿਆ, ਪਰੰਤੂ ਫਿਰ ਵੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਵਰਖਾ ਕਰੇਗਾ, ਇਹ ਇੱਕ ਦੋ ਦਿਨ ਇੱਥੇ ਪ੍ਰਭਾਵਿਤ ਕਰੇਗਾ। ਫਿਰ ਜਿਵੇਂ ਅਸੀਂ 26 ਤਰੀਕ ਦੇ ਨੇੜੇ ਜਾਂਦੇ ਹਾਂ ਤਾਂ ਫਿਰ 25-26 ਦੇ ਨੇੜੇ ਜਾਂ ਸਾਡੇ ਇੱਥੇ ਕੁਝ ਜਗ੍ਹਾ 'ਤੇ ਵਰਖਾ ਦੀ ਸੰਭਾਵਨਾ ਬਣੇਗੀ। ਜੇਕਰ ਅਸੀਂ ਨਮੈਰੀਕਲ ਮਾਡਲ ਦੇਖਦੇ ਹਾਂ ਤਾਂ ਨਮੈਰੀਕਲ ਮਾਡਲ ਇਹ ਦਿਖਾਉਂਦੇ ਹੈ ਕਿ ਜਿਸ ਤਰ੍ਹਾਂ ਅੱਜ ਕਈ ਜਗ੍ਹਾ ਤੋਂ ਇਹ ਖਬਰਾਂ ਆ ਰਹੀਆਂ ਵਰਖਾ ਹੋ ਰਹੀ ਹੈ, ਜਿਸ ਤਰ੍ਹਾਂ ਨਾਓਕਾਸਟ ਤੁਸੀਂ ਦੇਖ, ਤਾਂ ਇਹ ਵੀਡੀਓ ਬਣਾਉਣ ਸਮੇਂ ਇਹ ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ, ਹਨੂੰਮਾਨਗੜ੍ਹ, ਕੁਝ ਹਿੱਸਾ ਗੰਗਾਨਗਰ ਦਾ ਅਤੇ ਫਿਰ ਹਰਿਆਣੇ ਦਾ ਤਾਂ ਬਹੁਤ ਸਾਰਾ ਹਿੱਸਾ ਹੈ ਜਿੱਥੇ ਕਿ ਵਰਖਾ ਦੀਆਂ ਕਾਰਵਾਈਆਂ ਚੱਲ ਰਹੀਆਂ ਨੇ, ਕਿਤੇ ਹਲਕੀਆਂ ਕਿਤੇ ਭਾਰੀਆਂ ਨੇ, ਤਾਂ ਅਲੱਗ ਅਲੱਗ ਤਰੀਕੇ ਦੀਆਂ ਕਾਰਵਾਈਆਂ ਨੇ। ਪਰੰਤੂ ਜੇ ਅਸੀਂ ਇਹ ਮਾਡਲ ਦੇਖਦੇ ਹਾਂ ਤਾਂ ਸਾਨੂੰ ਇਹ ਲੱਗਦਾ ਹੈ ਕਿ 18 ਅਤੇ 19 ਦੇ ਦਰਮਿਆਨ ਹਰਿਆਣੇ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਇਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਅਤੇ ਪੰਜਾਬ ਦਾ ਜਿਹੜਾ ਹੈਗਾ ਇਹ ਹਿੱਸਾ ਇੱਥੋਂ ਬਠਿੰਡੇ ਤੋਂ ਲੈ ਕੇ ਪਟਿਆਲੇ ਤੱਕ ਦਾ ਇਸ ਤਰ੍ਹਾਂ ਕੁਝ ਹਿੱਸਾ, ਇਹ ਸੈਂਟਰਲ ਦੇ ਵਿੱਚ ਮੋਗਾ ਤੱਕ ਕਾਰਵਾਈਆਂ ਕਈ ਹਿੱਸਿਆਂ ਤੱਕ ਕਾਰਵਾਈਆਂ ਜਿਹੜੀਆਂ ਹੈਗੀਆਂ ਪਹੁੰਚ ਸਕਦੀਆਂ। ਤਾਂ ਇਸੇ ਤਰੀਕੇ ਦੇ ਨਾਲ 19-20 ਤਰੀਕ ਨੂੰ ਕੁਝ ਹਿੱਸਿਆਂ ਦੇ ਵਿੱਚ ਕਾਰਵਾਈ ਹੋ ਸਕਦੀ ਹੈ, ਪਰੰਤੂ ਇਸ ਤੋਂ ਅੱਗੇ 21-22 ਨੂੰ ਜਿਹੜਾ ਹੈਗਾ ਜਿਹੜੀ ਹਵਾ ਦੇ ਵਿੱਚ ਨਮੀ ਹੈ ਉਹਦੇ ਕਰਕੇ ਕਿਤੇ ਛੜਾਕੇ ਜ਼ਰੂਰ ਲੱਗ ਸਕਦੇ ਹੈ, ਪਰੰਤੂ ਜਿਹੜਾ ਹੈਗਾ ਇਹ ਸਿਸਟਮ ਤੁਹਾਡੇ ਇੱਥੇ ਕੋਈ ਵੀ ਮੌਜੂਦ ਨਹੀਂ ਦਿਖਾਈ ਦੇ ਰਿਹਾ। ਪਰੰਤੂ ਜਿਵੇਂ ਤੁਸੀਂ ਜਾਂਦੇ ਹੋ 26 ਦੇ ਨੇੜੇ ਤਾਂ ਤੁਹਾਡੇ ਇੱਥੇ ਫਿਰ ਜਿਹੜਾ ਹੈਗਾ ਵਰਖਾ ਦੀ ਸੰਭਾਵਨਾ ਇਹ ਬਣਦੀ ਹੈ 26 ਅਤੇ 27 ਤਰੀਕ ਦੇ ਨੇੜੇ, ਠੀਕ ਹੈ ਜੀ। ਤਾਂ ਅੱਗੇ ਇਹ ਨਾਲ ਇੱਕ ਪੱਛਮੀ ਡਿਸਟਰਬੈਂਸ ਹੈਗਾ ਤਾਂ ਉਹਦੇ ਕਰਕੇ ਫਿਰ ਅੱਗੇ ਕਾਰਵਾਈ ਦੀਆਂ ਸੰਭਾਵਨਾ ਬਣ ਗਈਆਂ। ਜੇ ਮੈਂ ਨਮੈਰੀਕਲ ਮਾਡਲ ਦੇਖਦਾ ਹਾਂ ਦੂਸਰਾ, ਤਾਂ ਇਹ ਵੀ ਸ਼ੋਅ ਕਰਦਾ ਹੈ ਕਿ ਇਹ ਜਿਹੜਾ ਸਿਸਟਮ ਹੈਗਾ ਲੋਅ ਪ੍ਰੈਸ਼ਰ ਏਰੀਆ, ਇਹਦੇ ਕਰਕੇ ਸਾਡੇ ਹਿੱਸੇ ਦੇ ਵਿੱਚ ਅਲੱਗ ਅਲੱਗ ਹਿੱਸੇ 'ਤੇ ਕਾਰਵਾਈਆਂ ਹੋਣ ਦੀ ਸੰਭਾਵਨਾ ਹੈਗੀ ਹੈ। ਇਹ 18, 19 ਅਤੇ ਕੁਝ ਕੁ ਹਿੱਸੇ ਦੇ ਵਿੱਚ 20 ਤਰੀਕ ਨੂੰ ਪੱਛਮੀ ਉੱਤਰ ਪ੍ਰਦੇਸ਼ 20 ਤਰੀਕ ਨੂੰ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਅਤੇ ਸਾਡੇ ਇੱਥੇ ਜਿਹੜਾ ਹੈਗਾ 18, 19, 20 ਨੂੰ ਕੁਝ ਜਗ੍ਹਾ 'ਤੇ ਕਾਰਵਾਈਆਂ ਹੋ ਸਕਦੀਆਂ ਅਤੇ ਫਿਰ ਦੁਬਾਰਾ ਜਿਹੜਾ ਹੈਗਾ 26, 27 ਨੂੰ ਜਿਹੜਾ ਹੈਗਾ ਕਾਰਵਾਈਆਂ ਦੁਬਾਰਾ ਫਿਰ ਇਹ ਹੋਣ ਦੀ ਸੰਭਾਵਨਾ ਇਸ ਤਰ੍ਹਾਂ 26 ਨੂੰ ਦਿਖਾ ਰਿਹਾ, ਇਸੇ ਤਰੀਕੇ ਨਾਲ 27 ਨੂੰ ਕੁਝ ਹਿੱਸੇ ਕਾਰਵਾਈਆਂ ਦਿਖਾ ਰਿਹਾ ਅਤੇ 28 ਤਰੀਕ ਨੂੰ ਕੁਝ ਹਿੱਸੇ ਦੇ ਵਿੱਚ ਕਾਰਵਾਈ ਹੋ ਸਕਦੀ ਹੈ। ਤਾਂ ਮੌਜੂਦਾ ਜਿਹੜਾ ਸਿਸਟਮ ਆ ਇਹਦੇ ਬਾਰੇ ਆਪਾਂ ਦੇਖਦੇ ਹਾਂ, ਪੰਜਾਬ 'ਚ ਕਿਤੇ ਭਾਰੀ ਵਰਖਾ ਨਹੀਂ ਹੈਗੀ, ਪਰੰਤੂ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਭਾਰੀ ਵਰਖਾ ਹੈਗੀ ਹੈ। ਕੁਝ ਹਿੱਸੇ ਜਿਹੜੇ ਹੈਗੇ ਆ ਚੰਡੀਗੜ੍ਹ ਦੇ ਹੈ ਜਾਂ ਆਪਣਾ ਹਰਿਆਣੇ ਦੇ ਹੈ ਜਿੱਥੇ ਇਸ ਸਿਸਟਮ ਦੇ ਕਰਕੇ ਭਾਰੀ ਵਰਖਾ ਹੋ ਸਕਦੀ ਹੈ। ਤਾਂ ਪਹਿਲਾਂ ਪੰਜਾਬ ਦੇਖ ਲਈਏ, ਪੰਜਾਬ ਦੇ ਵਿੱਚ ਮੋਟਾ ਮੋਟਾ ਜੇ ਆਪਾਂ ਦੇਖੀਏ ਪਠਾਨਕੋਟ ਦੇ ਵਿੱਚ ਅਗਲੇ 4-5 ਦਿਨ ਜਿਹੜਾ ਹੈਗਾ ਵਰਖਾ ਦੀ ਸੰਭਾਵਨਾ ਰਹੇਗੀ। ਅੱਜ ਕੱਲ੍ਹ ਦੇ ਦਰਮਿਆਨ ਜੇ ਗੁਰਦਾਸਪੁਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਇਹਦੇ ਨਾਲ ਨਾਲ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ ਤੱਕ ਸਿਸਟਮ ਉਹ ਆਪਣਾ ਦਿਖਾ ਰਿਹਾ, ਭਾਵੇਂ ਕਿ ਚੰਡੀਗੜ੍ਹ ਵਾਲੇ ਨਹੀਂ ਦਿਖਾ ਰਹੇ। ਤਾਂ ਲੁਧਿਆਣਾ, ਸੰਗਰੂਰ, ਮਲੇਰਕੋਟਲਾ, ਬਰਨਾਲਾ, ਮਾਨਸਾ, ਫਤਿਹਗੜ੍ਹ ਸਾਹਿਬ,
ਇਹ ਜ਼ਿਆਦਾਤਰ ਏਰੀਏ ਦੇ ਵਿੱਚ ਸੰਭਾਵਨਾ ਬਣੀ ਰਹੇਗੀ, ਪਰੰਤੂ ਜਿਹੜੇ ਪੰਜਾਬ ਦੇ ਪੂਰਬੀ ਜ਼ਿਲ੍ਹੇ ਆ ਇਹਨਾਂ ਸੰਭਾਵਨਾ ਜ਼ਿਆਦਾ ਰਹੇਗੀ, ਬਾਕੀ ਦੇ ਏਰੀਏ ਦੇ ਵਿੱਚ ਜਿਹੜੀ ਹੈਗੀ ਸੰਭਾਵਨਾ ਘੱਟ ਰਹੇਗੀ। ਕਿਉਂਕਿ ਤੁਸੀਂ ਜਿਹੜਾ ਹੈਗਾ ਜੋ ਸਿਸਟਮ ਹੈ ਜਿਵੇਂ ਅੱਗੇ ਵਧੇਗਾ ਤਾਂ ਉਹਦੇ ਨਾਲ ਕੁਝ ਹਿੱਸਿਆਂ ਦੇ ਵਿੱਚ ਮੀਂਹ ਪਵੇਗਾ, ਇਹੀ ਸੰਭਾਵਨਾ ਹੈ। ਜੇ ਗੱਲ ਕਰੋਗੇ ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਵੀ ਅਗਲੇ 2 ਦਿਨ 'ਚ ਵਰਖਾ ਹੋ ਸਕਦੀ ਹੈ, ਲੇਕਿਨ ਚੰਡੀਗੜ੍ਹ ਦੇ ਵਿੱਚ ਕੋਈ ਜਿਹੜਾ ਹੈਗਾ ਵਾਰਨਿੰਗ ਨਹੀਂ ਜਾਰੀ ਹੋਈ। ਹਰਿਆਣਾ ਦੇ ਫਿਰ ਕਈ ਸਾਰੇ ਹਿੱਸੇ ਪ੍ਰਭਾਵਿਤ ਰਹਿਣਗੇ ਇਹ ਅਗਲੇ 2 ਦਿਨ, ਖਾਸ ਤੌਰ 'ਤੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰਕਸ਼ੇਤਰ, ਕੈਥਲ, ਕਰਨਾਲ, ਇਹਦੇ ਨਾਲ ਨਾਲ ਆਪਣੇ ਹਿੱਸਾ ਮਹਿੰਦਰਗੜ੍ਹ, ਰਵਾਰੀ, ਜੱਜਰ, ਗੁਰੂਗ੍ਰਾਮ, ਮਵਾਤ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਣੀਪਤ, ਇਹ ਜ਼ਿਆਦਾ ਪ੍ਰਭਾਵਿਤ ਰਹਿਣਗੇ। ਘੱਟ ਪ੍ਰਭਾਵ ਜ਼ਿਲ੍ਹੇ ਹੈਗੇ ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਇਹ ਏਰੀਏ ਜਿਹਦੇ ਬਹੁਤ ਘੱਟ ਪ੍ਰਭਾਵ ਪਵੇਗਾ, ਜੋ ਭਿਵਾਨੀ ਅਤੇ ਚਰਖੀ ਦਾਦਰੀ ਦੇ ਉੱਪਰ ਜ਼ਿਆਦਾ ਪ੍ਰਭਾਵ ਪਵੇਗਾ। ਜੇ ਅਸੀਂ ਅਗਲੇ 24 ਘੰਟੇ ਦੇ ਵਿੱਚ ਵਾਰਨਿੰਗ ਦੇਖਦੇ ਹਾਂ ਤਾਂ ਕੇਵਲ ਜਿਹੜਾ ਹੈਗਾ ਮਹਿੰਦਰਗੜ੍ਹ, ਰਵਾਰੀ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ, ਇਹ ਜਿਹੜੇ ਜ਼ਿਲ੍ਹੇ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਾਂ ਭਿਵਾਨੀ, ਚਰਖੀ ਦਾਦਰੀ ਅਗਲੇ 24 ਘੰਟਿਆਂ ਦੇ ਵਿੱਚ ਜਿਹੜੀ ਹੈਗੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ 18-19 ਦੇ ਦਰਮਿਆਨ ਕੁਝ ਹਿੱਸਿਆਂ ਦੇ ਵਿੱਚ ਭਾਰੀ ਵਰਖਾ ਵੀ ਹੋ ਸਕਦੀ ਹੈ, ਇਹ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਮੈਂ ਗੱਲ ਕਰਾਂ ਰਾਜਸਥਾਨ ਦੀ ਤਾਂ ਰਾਜਸਥਾਨ ਦੇ ਵਿੱਚ ਬੱਦਲ ਭਾਵੇਂ ਕਈ ਸਾਰੇ ਏਰੀਏ ਦੇ ਵਿੱਚ ਆਉਣਗੇ, ਪਰੰਤੂ ਵਰਖਾ ਜਿਹੜੀ ਹੈਗੀ ਹੈ ਇਹ ਕੁਝ ਹਿੱਸਾ ਗੰਗਾਨਗਰ, ਹਨੂੰਮਾਨਗੜ੍ਹ ਦਾ ਅੱਜ 18 ਨੂੰ ਕਵਰ ਕਰ ਸਕਦੀ ਹੈ। ਇਸੇ ਤਰੀਕੇ ਨਾਲ 19 ਤਰੀਕ ਨੂੰ ਗੰਗਾਨਗਰ, ਹਨੂੰਮਾਨਗੜ੍ਹ, ਬੀਕਾਨੇਰ, ਚੂਰੂ, ਇਹ ਸਾਰਾ ਏਰੀਆ ਕੇਵਲ ਗੰਗਾਨਗਰ, ਹਨੂੰਮਾਨਗੜ੍ਹ ਤੋਂ ਲੈ ਕੇ ਪੂਰਬੀ ਰਾਜਸਥਾਨ ਤੱਕ ਦੀ ਗੱਲ ਕਰਦੇ ਹਾਂ ਅਤੇ 18-19 ਦੇ ਦਰਮਿਆਨ ਵਰਖਾ ਹੋ ਸਕਦੀ ਹੈ, ਭਾਵੇਂ ਕਿ ਵਰਖਾ 100% ਏਰੀਆ ਕਵਰ ਨਹੀਂ ਕਰੇਗੀ, ਥੋੜ੍ਹਾ ਏਰੀਆ ਕਵਰ ਕਰੇਗੀ, ਪਰੰਤੂ ਵਰਖਾ ਦੀ ਸੰਭਾਵਨਾ ਬਣੀ ਰਹੇਗੀ। ਜੰਮੂ ਦੇ ਵਿੱਚ ਵਰਖਾ ਦੀ ਸੰਭਾਵਨਾ ਜਿਹੜੀ ਹੈ 19 ਤਰੀਕ ਨੂੰ ਬਣੀ ਹੋਈ ਹੈ, ਇਹ ਯੂਪੀ ਵਾਲਿਆਂ ਦੇ ਲਈ ਚੰਗੀ ਗੱਲ ਹੈ ਕਿ 18-19 ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ, ਲੇਕਿਨ ਉਸ ਤੋਂ ਬਾਅਦ ਦੇ ਵਿੱਚ ਇੱਥੇ ਜਿਹੜਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀਗਾ, ਜਿਹੜਾ ਨੁਕਸਾਨ ਕਰ ਰਿਹਾ ਸੀ, ਬਿਜਲੀ ਡਿੱਗ ਰਹੀ ਸੀ, ਤੇਜ਼ ਹਵਾ ਚੱਲ ਰਹੀ ਸੀ, ਉਹਦੇ ਤੋਂ ਹੁਣ ਰਾਹਤ ਮਿਲ ਜਾ ਰਹੀ ਹੈ। ਅਗਲੇ 24 ਤੋਂ 48 ਘੰਟੇ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੂੰ ਰਾਹਤ ਮਿਲੇਗੀ, ਇਹ ਉੱਥੇ ਵਰਖਾ ਘਟੇਗੀ, ਤਾਂ ਇਹ ਸੰਭਾਵਨਾ ਇਹ ਜਿਹੜੀ ਹੈਗੀ ਹੈ ਭਾਰਤੀ ਮੌਸਮ ਵਿਭਾਗ ਦੇ ਨਾਲ, ਭਾਰਤੀ ਮੌਸਮ ਵਿਭਾਗ ਅਨੁਸਾਰ ਹੈ ਜੋ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ। ਮਿਹਰਬਾਨੀ ਦੋਸਤੋ, ਇਸ ਸਿਸਟਮ ਤੋਂ ਬਾਅਦ 'ਚ ਫਿਰ ਆਪਣਾ 26-27 ਦੇ ਨੇੜੇ ਵਰਖਾ ਦੇ ਆਸਾਰ ਬਣਨਗੇ। ਇਹਦੇ ਦਰਮਿਆਨ ਜਿਹੜੀਆਂ ਵੀ ਕੋਈ ਵਰਖਾ ਦੀਆਂ ਕਾਰਵਾਈਆਂ ਹੋਣਗੀਆਂ ਉਹ ਲੋਕਲ ਹੋਣਗੀਆਂ, ਜਿਹੜੀ ਕਿ ਜਿਸ ਤਰੀਕੇ ਨਾਲ ਭਾਦੋਂ ਦੇ ਵਿੱਚ ਮੀਂਹ ਪੈਂਦਾ ਉਸ ਤਰੀਕੇ ਦੇ ਕਿਤੇ ਛੜਾਕੇ ਲੱਗ ਜਾਣ, ਪਰੰਤੂ ਕੋਈ ਸਿਸਟਮ ਜਿਹੜਾ ਹੈਗਾ ਉਹ ਵੱਡਾ ਮੌਜੂਦ ਨਹੀਂ ਹੋਵੇਗਾ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।